ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਐਕਟਿਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਪਿੰਡ ਰਸੂਲਪੁਰ 'ਚ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਵਿਗਲ ਵੱਜ ਚੁੱਕਿਆ ਅਤੇ ਹਰ ਇੱਕ ਉਮੀਦਵਾਰ ਆਪਣਾ ਆਪਣਾ ਪੂਰਾ ਜ਼ੋਰ ਲਗਾ ਰਿਹਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ, ਆਪਣੇ ਸਪੋਰਟਰਾਂ ਨੂੰ ਨਾਲ ਲੈ ਕੇ ਘਰ ਘਰ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ। ਅਤੇ ਅੱਜ ਅਸੀਂ ਜਿਹੜੇ ਰਸੂਲਪੁਰ ਮੁਹੱਲਾ 'ਚ ਪਹੁੰਚੇ ਹਾਂ, ਇੱਕ ਖਾਸ ਗੱਲ ਇਹ ਹੈ ਕਿ ਅੰਮ੍ਰਿਤਧਾਰੀ ਵੀਰ ਪ੍ਰਚਾਰਕ ਭਾਈ ਗੁਰਜੰਟ ਸਿੰਘ ਖਾਲਸਾ ਜੀ ਇੱਥੇ ਸਰਪੰਚੀ ਦੇ ਉਮੀਦਵਾਰ ਨੇ। ਆਪਾਂ ਉਹਨਾਂ ਦਾ ਟੀਵੀ ਚੈਨਲ 'ਤੇ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੈ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਖਾਲਸਾ ਜੀ, ਇੱਕ ਗੱਲ ਤੁਹਾਡੇ ਪੈਫਲੇਟ ਤੋਂ ਬੜੀ ਪ੍ਰਭਾਵਸ਼ਾਲੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਣ ਨਸ਼ਾ ਰਹਿਤ ਜਿਹੜੀ ਸਰਪੰਚੀ ਦੀ ਚੋਣ ਤੁਸੀਂ ਲੜ ਰਹੇ ਹੋ, ਇੱਕ ਬੜੀ ਚੰਗੀ ਲੱਗੀ ਗੱਲ ਇਸ ਦੇਖ ਕੇ ਕਿ ਤੁਸੀਂ ਇੱਕ ਅਲੱਗ ਕਿਸਮ ਦੀ ਲੈਨ ਨੂੰ ਤੁਸੀਂ ਆਪਣੇ ਪੈਂਫਲੇਟ ਦੇ ਉੱਪਰ ਛਪਾਇਆ। ਕੀ ਮੁੱਦੇ ਲੈ ਕੇ ਤੁਸੀਂ ਆਪਣੇ ਸਰਪੰਚ ਦੀ ਚੋਣ ਲੜ ਰਹੇ ਹੋ? ਸਭ ਤੋਂ ਪਹਿਲਾਂ ਤਾਂ ਜੀ, ਜਿੰਨੀਆਂ ਵੀ ਪੰਜਾਬੀ ਟੀ ਵੀ ਚੈਨਲ ਦੇਖ ਰਹੇ ਦਰਸ਼ਕ ਨੇ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦੀ ਮੁੱਦੇ ਅਸੀਂ ਇਹੀ ਰੱਖੇ ਆ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਜੀ, ਪੈਂਫਲਿਟ ਜਿਹੜੇ ਸਾਡੇ ਛਪੇ ਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਨਸ਼ਾ ਰਹਿਤ ਸਰਪੰਚੀ ਚੋਣਾਂ ਲੜਨ ਦਾ ਐਲਾਨ ਕੀਤਾ। ਉਹਦੇ ਪਿੱਛੇ ਕਾਰਨ ਇੱਕ ਇਹ ਹੈ ਕਿ ਇਹ ਜਿਹੜੇ ਸ਼ਹਾਦਤ ਦੇ ਦਿਨ ਨੇ, ਦੋ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੂਰੇ ਪਰਿਵਾਰ 'ਤੇ ਜੋ ਆਪਾਂ ਕਹਿਰ ਜ਼ੁਲਮ ਹਕੂਮਤਾਂ ਵੱਲੋਂ ਕੀਤਾ ਗਿਆ, ਤਾਂ ਮੈਂ ਇਹ ਸੋਚਿਆ ਕਿ ਅਸੀਂ, ਸਾਡਾ ਅੱਜ ਸਿੱਖ ਸਮਾਜ, ਸਾਡੀ ਸਿੱਖ ਸੋਚ, ਅੱਜ ਅਸੀਂ ਨਸ਼ਿਆਂ ਵਿੱਚ ਗਲਤਾਨ ਹੁੰਦੇ ਜਾ ਰਹੇ ਹਾਂ। ਬਿਲਕੁਲ। ਤਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਤਕਰੀਬਨ ਇਹ ਹੁੰਦਾ ਆ ਕਿ ਇਹਦੇ ਨੇੜੇ ਆ ਕੇ ਜਿੰਨੇ ਵੀ ਉਮੀਦਵਾਰ ਹੁੰਦੇ ਨੇ, ਸਰਪੰਚੀ ਦੇ ਦਾਅਵੇਦਾਰ ਹੁੰਦੇ ਨੇ, ਉਹ ਸੋਚਦੇ ਨੇ ਕਿ ਜਿਵੇਂ ਮੈਂ ਵੀ ਆਪਣੇ ਪਿੰਡ ਦੇ ਉਮੀਦਵਾਰਾਂ ਨਾਲ ਕਈਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਨਸ਼ੇ ਤੋਂ ਬਿਨਾਂ ਵੋਟ ਨਹੀਂ ਮਿਲਦੀ। ਜੇ ਇਹ ਗੱਲ ਹੈ, ਇੱਕ ਸੋਚ ਬਣ ਚੁੱਕੀ ਹੈ, ਹਾਂ ਇਹ ਸੋਚ ਬਣ ਚੁੱਕੀ ਹੈ, ਜੇ ਇਹ ਗੱਲ ਹੈ ਤਾਂ ਹੁਣ 3-4 ਉਮੀਦਵਾਰ ਨੇ, ਮੈਂ ਨਸ਼ਾ ਰਹਿਤ ਚੋਣਾਂ ਲੜ ਰਿਹਾ, ਮੈਂ ਬਿਲਕੁਲ ਵੀ 1 ਰੁਪਈਆ ਨਸ਼ੇ 'ਤੇ ਕਿਸੇ ਨੂੰ ਨਹੀਂ ਦੇਣਾ, ਮੈਂ ਸਿਰਫ ਆਹ ਪੋਸਟਰਾਂ ਦਾ ਖਰਚਾ ਆਇਆ, ਮੇਰਾ ਟੋਟਲ 10,000 ਕਾਗਜ਼ ਭਰਨ ਤੋਂ ਲੈ ਕੇ ਮੈਂ 10-12,000 ਵਿੱਚ ਸਰਪੰਚੀ ਦੀ ਚੋਣ ਲੜ ਲੈਣੀ ਹੈ। ਪਰ ਦੂਜੇ ਪਾਸੇ ਲੱਖਾਂ ਰੁਪਇਆਂ ਦੀ ਸ਼ਰਾਬ ਰੋੜ ਦਿੱਤੀ ਜਾਂਦੀ ਹੈ, ਤਾਂ ਫਿਰ ਅਸੀਂ ਇਹ ਸੋਚਦੇ ਹਾਂ, ਮੇਰੀ ਇਹ ਸੋਚ ਹੈ ਕਿ ਜਿਹੜਾ ਬੰਦਾ ਲੱਖਾਂ ਰੁਪਏ ਰੋੜਦਾ ਆ, ਉਹ ਕੱਲ੍ਹ ਨੂੰ ਪੰਚਾਇਤ ਦੇ ਜੋ ਗ੍ਰਾਂਟਾਂ ਆਉਣਗੀਆਂ ਉਹਦੇ ਵਿੱਚ ਉਹ ਖਾਏਗਾ ਵੀ, ਉਹ ਪੰਜਾਬ ਦਾ ਸਾਡੇ ਪਿੰਡ ਦਾ ਕੁਛ ਸਵਾਰ ਨਹੀਂ ਸਕੇਗਾ। ਤਾਂ ਇਸ ਸੋਚ ਨੂੰ ਲੈ ਕੇ ਅਸੀਂ ਇਹ ਪ੍ਰਣ ਕੀਤਾ ਕਿ ਇੱਕ ਤਾਂ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਯਾਦ ਰਹੇ, ਇਹਨਾਂ ਦਿਨਾਂ ਵਿੱਚ ਕੋਈ ਸ਼ਰਾਬ, ਮੈਂ ਅੱਜ ਵੀ ਪਿੰਡ ਵਿੱਚ ਵਿਚਰਿਆ, ਕਈ ਬੀਬੀਆਂ ਨੇ ਇੱਥੋਂ ਤੱਕ ਕਿਹਾ ਵੀ ਸ਼ਰਾਬ ਦੀਆਂ ਪੇਟੀਆਂ ਤੱਕ ਲੈ ਰਹੀਆਂ ਨੇ। ਬਿਲਕੁਲ, ਹਾਲਾਤ ਇਹ ਨੇ, ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਸ਼ਿਆਂ ਦੇ ਥੱਲੇ ਦਲਦਲ ਦੇ ਵਿੱਚ, ਨਸ਼ਿਆਂ ਦੇ ਦਲਦਲ ਦੇ ਵਿੱਚ ਭੁੱਲ ਚੁੱਕੇ ਹਾਂ। ਨਸ਼ੇ ਪਿਆ ਪਿਆ ਕੇ ਸਾਡੀ ਇੰਨੀ ਮੱਤ ਡੈੱਡ ਕਰ ਦਿੱਤੀ ਗਈ ਆ ਕਿ ਅਸੀਂ ਇਹਨਾਂ 7 ਦਿਨਾਂ ਵਿੱਚ ਸੋਚਣਾ ਹੁੰਦਾ ਵੀ ਅਸੀਂ ਪਿੰਡ ਦਾ ਇੱਕ ਚੰਗਾ ਆਗੂ ਚੁਣ ਲਈਏ, ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ, ਨਾਨਕ ਅੰਧਾ ਹੋਏ ਕਹਿ ਦੱਸੈ ਰਾਹੇ ਸਭ ਸਮੋਹਾਏ ਸਾਥ ਹੈ, ਅੱਗੇ ਗਏ ਮੂੰਹੇ ਮੂੰਹ ਪਾਏ ਸੋ ਐਸਾ ਆਗੂ ਜਾਪੈ। ਗੁਰੂ ਸਾਹਿਬ ਨੇ ਇੱਕ ਆਗੂ ਦੀ ਚੋਣ ਕਰਨ ਦੀ ਸਾਨੂੰ ਲਿਆਕਤ ਸਿਖਾਈ ਹੈ, ਇੱਕ ਚੰਗਾ ਆਗੂ ਸਮਾਜ ਨੂੰ ਸੋਹਣਾ ਬਣਾ ਸਕਦਾ, ਹਰ ਪੱਖ ਤੋਂ ਚੰਗੇ ਪਾਸੇ ਲਿਜਾ ਸਕਦਾ। ਅਤੇ ਦੂਜੀ ਗੱਲ ਹੈ, ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਮੁੱਦੇ ਸਾਡੇ ਪਿੰਡ ਦੇ ਵਿੱਚ ਬਹੁਤ ਨੇ ਜੀ, ਇੱਥੇ ਪੰਚਾਇਤ ਦੀ ਜ਼ਮੀਨ ਕਾਫੀ ਹੈ, ਤਾਂ ਚਾਹ ਬਨੋਸੀ ਵੀ ਸਾਡੀ ਇੱਕ ਸਾਂਝੀ ਸਮਾਜ ਭਲਾਈ ਸੰਸਥਾ ਹੈ, ਉਹਦੀ ਜ਼ਮੀਨ ਕਾਫੀ ਹੈ, ਪਰ ਉਸ ਦੇ ਹਿਸਾਬ ਨਾਲ ਪਿੰਡ ਦਾ ਕਦੀ ਵਿਕਾਸ ਹੁੰਦਾ, ਜੋ ਵੀ ਗ੍ਰਾਮ ਪੰਚਾਇਤਾਂ ਆਈਆਂ ਨੇ ਗਲੀਆਂ ਨਾਲੀਆਂ ਦੇ ਮੁੱਦਿਆਂ ਤੱਕ ਤਕਰੀਬਨ ਅੱਜ ਤੱਕ ਸੀਮਤ ਕੀਤਾ ਗਿਆ। ਤੁਸੀਂ ਨਵਾਂ ਮੁੱਦਾ ਕੀ ਲੈ ਕੇ ਆ ਰਹੇ ਹੋ? ਗਲੀਆਂ ਨਾਲੀਆਂ ਦੇ ਮੁੱਦੇ ਆਪਾਂ ਹਰ ਸਰਪੰਚ ਦੇ ਸੁਣਦੇ ਹਾਂ ਕਿ ਅਸੀਂ ਇਹ ਸੁਧਾਰਾਂਗੇ, ਤੁਸੀਂ ਕੁਛ ਖਾਸ ਲੋਕਾਂ ਦੇ ਲਈ ਸਰਪੰਚ ਜਦੋਂ ਤੁਸੀਂ ਬਣ ਜਾਂਦੇ ਹੋ, ਤੁਸੀਂ ਲੋਕਾਂ ਲਈ ਕੀ ਕਰਨਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਤਾਂ ਜੀ, ਮੇਰੇ ਪਿੰਡ ਦੇ ਵਿੱਚ ਜਿਵੇਂ ਅੱਜ ਮਾਵਾਂ ਦੇ ਪੁੱਤ ਮਰ ਰਹੇ ਨੇ, ਮੇਰੇ ਪਿੰਡ ਵਿੱਚ ਕਈ ਮਾਵਾਂ ਦੇ ਪੁੱਤ ਮਰੇ ਨੇ ਚਿੱਟੇ ਵਰਗੇ ਨਸ਼ੇ, ਜੇ ਖੇਡ ਗਰਾਊਂਡਾਂ ਬਣਾਉਣ ਦੇ ਵੀ ਆਪਾਂ ਇਹਨਾਂ ਨਾਲ ਵਾਅਦੇ ਕਰ ਲਈਏ ਜਾਂ ਹੋਰ ਵੀ ਜਿੰਨੇ ਵਾਅਦੇ ਕਰ ਲਈਏ, ਤਾਂ ਉਹਦੇ ਵਿੱਚ ਇੱਕ ਗੱਲ ਹੈ ਕਿ ਜੇ ਸਾਡੀਆਂ ਖੇਡ ਗਰਾਊਂਡਾਂ ਵਿੱਚ ਖੇਡਣ ਵਾਲੇ ਨੌਜਵਾਨ ਹੀ ਨਹੀਂ ਬਚਣਗੇ, ਤਾਂ ਖੇਡ ਗਰਾਊਂਡਾਂ ਵੀ ਕੀ ਕਰਨੀਆਂ ਨੇ? ਬਿਲਕੁਲ ਜੀ, ਬਿਲਕੁਲ। ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਬਲੈਕ ਕਰਨ ਵਾਲੇ 'ਚ ਨਸ਼ੇ ਨੇ ਜੋ ਪਿੰਡ ਦੇ ਵਿੱਚ ਵਰਤਾਏ ਜਾ ਰਹੇ ਨੇ ਜਾਂ ਘਾਤਕ ਹੋ ਰਹੇ ਨੇ, ਉਹਨਾਂ ਨੂੰ ਰੋਕਣ ਦਾ ਯਤਨ ਕਰਾਂਗਾ, ਕਿਉਂਕਿ ਗੁਰਬਾਣੀ ਨੇ ਕਿਹਾ ਹੁੰਦਾ, ਤਾਂ ਨਿਤਾਣੀਆਂ ਰਹਿਣ ਮਾਨਣੀਆਂ, ਤਾਕਤ ਦੀ ਸਦ ਵਰਤੋਂ ਕਰਨੀ ਹੀ ਅਸਲ ਦੇ ਵਿੱਚ ਪਾਵਰ ਦੀ ਸਹੀ ਵਰਤੋਂ ਹੁੰਦੀ ਹੈ। ਜਦੋਂ ਪਾਵਰ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਤਾਂ ਹੋ ਸਕਦਾ ਵੀ ਨੌਜਵਾਨਾਂ ਨੂੰ ਅਸੀਂ ਹੀ ਆਪਣੇ ਆਪ ਗਲਤ ਰਸਤੇ ਤੋਰਦੇ। ਸਭ ਤੋਂ ਪਹਿਲਾਂ ਮੇਰਾ ਕੰਮ ਹੋਏਗਾ ਬੱਚਿਆਂ ਨੂੰ, ਪਿੰਡਿਆਂ ਨੂੰ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ। ਬਹੁਤ ਵਧੀਆ ਖਾਲਸਾ ਜੀ, ਤੁਸੀਂ ਬੜਾ ਵਧੀਆ ਮੁੱਦਾ ਲੈ ਕੇ ਚੋਣ ਪ੍ਰਚਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰੇ ਹੋ, ਅਤੇ ਆਸ ਹੈ ਕਿ ਜਿਵੇਂ ਤੁਹਾਡਾ ਇਕੱਠ ਹੈ
ਵੀ ਮੂੰਹੋਂ ਬੋਲ ਰਿਹਾ ਕਿ ਹਾਂ ਬਈ ਤੁਹਾਡੇ ਨਾਲ ਪਿੰਡ ਪੂਰਾ ਖੜ੍ਹਿਆ ਹੈ, ਅਤੇ ਤੁਸੀਂ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ? ਤੁਸੀਂ ਲੋਕ ਆਪਣਾ ਜਿਹੜਾ ਚੋਣ ਨਿਸ਼ਾਨ ਹੈ ਲੋਕਾਂ ਨਾਲ ਸਾਂਝਾ ਕਰਨਾ ਚਾਹ ਹਾਂਜੀ ਮੇਰਾ ਚੋਣ ਨਿਸ਼ਾਨ ਲੈਟਰ ਬਾਕਸ ਹੈ ਜੀ, ਡਾਕੀਏ ਦੀ ਚਿੱਠੀ ਵਾਲਾ ਡੱਬਾ। ਅਤੇ ਮੈਂ ਇਹ ਕਹਿਣਾ ਚਾਹੁੰਦਾ ਜੀ, ਆਉਣ ਵਾਲੀ 30 ਤਰੀਕ ਨੂੰ ਜੇ ਚਾਹੁੰਦੇ ਹਾਂ ਸਾਡੇ ਬੱਚੇ ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚ ਜਾਣ, ਇੱਕ ਚੰਗੀ ਸੋਚ ਨਿੱਗਰ ਸੋਚ ਪਿੰਡ ਨੂੰ ਮਿਲ ਸਕੇ, ਤਾਂ ਇੱਕ ਹੋਰ ਗੱਲ ਸਿਖਾਉਣ ਆਇਆ ਜੀ। ਅੱਜ ਤੱਕ ਕੀ ਹੁੰਦਾ ਸੀ, 15-20 ਲੱਖ ਰੁਪਈਆ ਲਾਉਣ ਵਾਲਾ ਹੀ ਸਰਪੰਚੀ ਲੜਨ ਨੂੰ ਅੱਗੇ ਆਉਂਦਾ ਸੀ। ਮੈਂ ਇੱਕ ਇਹ ਸਿਖਾਉਣ ਆਇਆ, ਸਾਡੇ ਗੁਰੂਆਂ ਨੇ ਨਿਮਾਣਿਆਂ ਨੂੰ ਉੱਤੇ ਚੁੱਕਿਆ ਵੀ ਕੱਲ੍ਹ ਨੂੰ ਕੋਈ ਗਰੀਬ ਵੀ 15,000-10,000 ਰੁਪਏ 'ਚ ਸਰਪੰਚੀ ਲੜ ਸਕੇ। ਇਹ ਨਾ ਹੋਵੇ ਕਿ ਵੀ ਤਕੜਾ ਬੰਦਾ ਉਹਨੂੰ ਕਹੇ ਵੀ ਮੈਂ ਤੇਰੇ 'ਤੇ ਪੈਸੇ ਖਰਚਦਾ ਵਾਂ ਅਤੇ ਤੂੰ ਸਰਪੰਚ ਬਣ, ਅਤੇ ਉਹ ਅਸਲ ਦੇ ਵਿੱਚ ਉਹ ਸਰਪੰਚ ਨਹੀਂ ਹੁੰਦਾ ਸੀ। ਜਦੋਂ ਰਿਜ਼ਰਵੇਸ਼ਨ ਸੀਟ ਆਉਂਦੀ ਹੈ ਉਹ ਸਰਪੰਚ ਨਹੀਂ ਹੁੰਦਾ, ਉਹਦੇ ਉੱਪਰ ਉਹ ਸਰਪੰਚੀ ਕਰ ਰਿਹਾ ਹੁੰਦਾ ਜਿਹਨੇ ਉਹਦੇ ਉੱਤੇ 15 ਲੱਖ ਲਾਇਆ। ਬਿਲਕੁਲ ਜੀ, ਬਿਲਕੁਲ ਜੀ। ਤਾਂ ਉਹ ਸੋਚ ਬਦਲੀ ਵੀ ਹਰ ਬੰਦਾ ਆਪਣੀ ਪਾਵਰ ਨੂੰ ਵਰਤਣਾ ਸਿੱਖੇ। ਆਪਣੀ ਹਰ ਬੰਦੇ ਵਿੱਚ ਪਰਮਾਤਮਾ ਨੇ ਇੱਕੋ ਜਿਹੀ ਸ਼ਕਤੀ ਦਿੱਤੀ ਹੈ, ਹਰ ਇੱਕ ਮਨੁੱਖਤਾ ਇੱਕੋ ਜਿਹੀ ਪਾਵਰ ਦਿੱਤੀ ਹੈ, ਤਾਂ ਹਰ ਮਨੁੱਖ ਵੀ ਸਰਪੰਚ ਬਣ ਸਕਦਾ। ਗਰੀਬ ਘਰ ਦਾ ਬੱਚਾ ਵੀ ਕੱਲ੍ਹ ਤੋਂ ਮੇਰੇ ਤੋਂ ਪ੍ਰੇਰਣਾ ਲੈ ਕੇ ਕੋਈ ਵੀ 10-15 ਹਜ਼ਾਰ ਵਿੱਚ, ਐਰ ਕੀ 4 ਕੈਂਡੀਡੇਟ ਨੇ ਅੱਗੇ ਤੋਂ 20 ਕੈਂਡੀਡੇਟ ਹੋਣ, ਮੈਂ ਤਾਂ ਕਹਿੰਦਾ। ਬਿਲਕੁਲ ਜੀ, ਬਿਲਕੁਲ। ਇਹ ਸਨ ਪੀਰ ਸੂਲਪੁਰ ਤੋਂ ਸਰਪੰਚ ਦੇ ਉਮੀਦਵਾਰ ਭਾਈ ਗੁਰਜੰਟ ਸਿੰਘ ਖਾਲਸਾ ਜੀ, ਅਤੇ ਇਹਨਾਂ ਨੇ ਜਿਹੜੇ ਆਪਣੇ ਮੁੱਦੇ ਰੱਖੇ ਹੈ ਕਿ ਨਸ਼ਾ ਜਿਹੜਾ ਸਭ ਤੋਂ ਉੱਪਰ ਇਹਨਾਂ ਨੇ ਆਪਣਾ ਮੁੱਦਾ ਹੀ ਰੱਖਿਆ ਕਿ ਨਸ਼ੇ ਨੂੰ ਜੜੋਂ ਖਤਮ ਕਰਨਗੇ, ਅਤੇ ਬਾਣੀ ਦੇ ਬਾਣੇ ਦੇ ਧਾਰਨੀ ਆਪ ਨੇ ਇਹ। ਆਸ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਸਫਲ ਹੋਵੇ। ਪੰਜਾਬੀ ਐਕਟਿਵ ਚੈਨਲ ਤੋਂ ਕੈਮਰਾਮੈਨ ਜੱਸੀ ਬਾਈ ਜੀ ਨਾਲ ਮੈਂ IPS